बाबे कंपनी बाग जिम ला जी हम जिम बस हो गई आज मुंह तो सही गल मुंह की कर लिया अपने बाहर चकने तुसी सारे वेख सकते ना ते ड्रामे चलो आज लेट्स गो फटाफट डूब जा तू ही मेरी दोबारा बना नहीं बना 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 लो जी पारी तोड़ा कितना किन्ना का बाकी हो रहा है बाकी ध्यान ना ओ खेल दे सुबह दिन तो ना भी बॉल डक कर ना 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 हां का ए आम से दी एक्सरसाइज ली है एक उधर न घुमाओ हां बस बस आ जाओ तोड़ ना दे कमेंट च सारे दस इन्हे ड्रामे तुहानू किहो जिहे लगदे ओ छोटे छोटे बच्चे लई भी पिंगा पाइया चलो आयो बाबे का गिनना तुहानू एक होर घंट चीज दिखाने आ आ वाली आ रही इधरों दिखाव ना अगे नू करना तो सीधा पिछे नू कर रहे चलो उतरो थले अगे नू करी बाबा अगे नू करी दा या फोन फड़ो फड़ो बहुत सारे फोटो बहुत चमकदार बन गया तेरे वर्गियां चमगदड़ां ओ कौन बैठे चन्नो गुरु जी दे तीन शिष्य बाबे तो थोनू बहुत कुछ सीखने मिलता है बुरा मत देखो बुरा मत बोलो बुरा मत सुनो ठीक है ये बहुत बड़ा मैसेज है अपने लिए उधर नू आए हूँ आप उधर नू चलते हैं कली पकौड़े चंबी जन्नी है कट कट गया है किसे होर नू भी पूछ लै तो घोड़ा ही नहीं अंदर जा रहा गया अंदर पकौड़ा हूं नहीं खाना बड़ा वो है भी जाना ये बहुत वधिया लगे इत्थे पार्क जाके आ जाओ पसंद उत्थे लेके जांदे भंगड़े वालियां कोल लोग है बाबे जिन्हां नूं रहना सहना नहीं आता हाँ बाबे लोग ने जिन्हां नूं रहना सहना नहीं आता ये देश इन्हां दे लायक नहीं हैगा समझ गए ना तुसीं सम ब्यूटीफुल पुल पुल क्या लगे पुल क्या चलो पुल 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 पुल
ਕਲਾਸ ਚ ਸੀ ਨਾ ਉਸ ਟਾਈਮ ਸਾਨੂੰ ਇੱਥੇ ਇੱਕ ਮੂਵੀ ਦਿਖਾਣ ਲੈ ਕੇ ਆਏ ਸੀ ਸਕੂਲ ਵਾਲੇ ਦਿਖਾਓ ਸਿਨੇਮਾ ਤਾਂ ਦਿਖਾਓ ਹੁਣ ਵਿਚਾਰਾ ਕਵਾੜ ਮੰਨ ਗਿਆ ਤਾਲੇ ਲੱਗ ਗਏ ਚੱਕ ਦੇ ਇੰਡੀਆ ਮੂਵੀ ਸੀ ਆਈ ਸਾਨੂੰ ਫਿਫਥ ਕਲਾਸ ਚ ਸੀ ਮੈਂ ਉਦੋਂ ਮੂਵੀ ਦਿਖਾਣ ਲੈ ਕੇ ਆਏ ਸੀ ਸਾਨੂੰ ਇੱਥੇ ਅੱਛਾ ਇਹ ਥੀਏਟਰ ਹੈ ਸਹੀ ਗੱਲ ਹੈ ਬੰਦਾ ਆਪਣੀ ਜਦੋਂ ਬੈਕ ਮੈਮਰੀ 'ਚ ਜਾਂਦਾ ਨਾ ਉਹਨੂੰ ਬਹੁਤ ਵਧੀਆ ਲੱਗਦਾ ਨਾ ਬਚਪਨ ਦੀਆਂ ਯਾਦਾਂ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਜਿੱਥੇ ਉਹ ਵਧੀਆ ਲੱਗਦਾ ਨਾ ਜਿੱਥੇ ਉਹਨੇ ਪਲ ਗੁਜ਼ਾਰੇ ਹੋਣ ਮਤਲਬ ਕਿ ਆਪਣੀ ਬਚਪਨ ਦੀ ਜ਼ਿੰਦਗੀ ਹੈ ਨਾ ਜਿਵੇਂ ਲਾਈਵ ਹਾਂ ਲਾਈਵ ਜਨਰੀ ਸਾਹਮਣੇ ਆ ਜਾਂਦੀ ਜਦੋਂ ਬੰਦਾ ਉੱਥੇ ਨੂੰ ਲੰਘਦਾ ਹੈ ਹੈ ਨਾ ਹੈ ਹਾਂ ਰਾਈਟ ਮਤਲਬ ਕਿ ਸਕੂਲ ਕੋਲ ਲੰਘਦਾ ਤਾਂ ਸਕੂਲ ਵਾਲੀ ਹਰ ਚੀਜ਼ ਜਿਹੜੀ ਉਹਨੇ ਕੀਤੀ ਹੁੰਦੀ ਹੈ ਖੇਡਿਆ ਹੁੰਦਾ ਜਿੱਥੇ ਜਿੱਥੇ ਪੜ੍ਹਿਆ ਹੁੰਦਾ ਜੋ ਵੀ ਸਕੂਲ ਲਾਈਫ 'ਚ ਕੀਤਾ ਹੁੰਦਾ ਉਹ ਸਾਰਾ ਯਾਦ ਆ ਜਾਂਦਾ ਅਤੇ ਇੱਥੇ ਮੇਰੀ ਫਰੈਂਡ ਵੀ ਰਹਿੰਦੀ ਘਰ ਵਾਲਾ ਇੱਧਰ ਛੱਤਰੀ ਚੌਂਕ ਵਾਲੀ ਸਾਈਡ ਮੈਨੂੰ ਤਾਂ ਇੱਥੇ ਕੁਛ ਨਹੀਂ ਯਾਦ ਆ ਰਿਹਾ ਕਿਉਂਕਿ ਸ਼ਾਇਦ ਪਤਾ ਹੋਊਗਾ ਛੱਤਰੀ ਚੌਂਕ ਦਾ ਰੀਆ ਉਹਦਾ ਨਾਮ ਹੈ ਸੌਰੀ ਰੀਆ ਅਗਰ ਵਲੌਗ ਦੇਖੇਂਗੀ ਗੁੱਸਾ ਨਾ ਕਰੀ ਬਟ ਮੈਂ ਦੇਖ ਲੈ ਤੇਰੀਆਂ ਚੁਗਲੀਆਂ ਕਰ ਰਹੀ ਹੈ ਤੇਰੀਆਂ ਚੁਗਲੀਆਂ ਚੁਗਲੀਆਂ ਨਹੀਂ ਉਹਦਾ ਐਡਰੈਸ ਦੱਸਦਾ ਮੈਂ ਅੱਛਾ ਉਹਦਾ ਘਰ ਦੱਸਦਾ ਪਰ ਘਰ ਲੱਭਣਾ ਤਾਂ ਮੁਸ਼ਕਿਲ ਆ ਘਰ ਇੱਕ ਥੋੜ੍ਹੀ ਨਾ ਉੱਥੇ ਬਹੁਤ ਆ ਇਹ ਤਾਂ ਹੈ ਅਤੇ ਬਾਕੀ ਮੈਂ ਤਾਂ ਇੱਥੇ ਜੰਮਿਆ ਪਲਿਆ ਨਹੀਂ ਹੈਗਾ ਨਾ ਹੀ ਮੇਰੀ ਉਹਦਾ ਕੋਈ ਯਾਦ ਆਈ ਹੈ ਵੀ ਜਿਹੜੀ ਮੇਰੀ ਉਹਦਾ ਤਾਜ਼ਾ ਹੋ ਜਾਵੇ ਤੁਹਾਨੂੰ ਸਿਰਫ ਚੰਨੋ ਦੀਆਂ ਦਿਖਾ ਰਹੇ ਹਾਂ ਹਾਂ ਮੈਂ ਇੱਧਰਲੀ ਸਾਈਡ ਫਸਟ ਟਾਈਮ ਆਇਆ ਮੇਨ ਚੰਡੀਗੜ੍ਹ ਹੀ ਰਿਹਾ ਮੈਂ ਜ਼ਿਆਦਾ ਚੰਡੀਗੜ੍ਹ ਜਾਂ ਅੰਮ੍ਰਿਤਸਰ ਰਿਹਾ ਜ਼ਿਆਦਾ ਇੱਧਰਲੀ ਸਾਈਡ ਹੀ ਰਿਹਾ ਚੰਡੀਗੜ੍ਹ ਹੀ ਰਿਹਾ ਕਿਉਂਕਿ ਆਪਣੀ ਜਨਮ ਭੂਮੀ ਹੈ ਮੋਹਾਲੀ ਮੇਰੀ ਜਨਮ ਭੂਮੀ ਹੈ ਸੌਰੀ ਰਾਮਾ ਮੰਡੀ ਹੈ ਕੈਂਟ ਨਹੀਂ ਜਲੰਧਰ ਮੇਰੀ ਜਨਮ ਭੂਮੀ ਹੈ ਚਲੋ ਆਪਾਂ ਚੱਲਦੇ ਹਾਂ ਬਾਬੇ ਉਹ ਆਹ ਪਕੌੜੇ ਹੈ ਜਿਹੜੇ ਉਰੇ ਫੇਮਸ ਹੈ ਬਾਬੇ ਉਹ ਵਾਕਈ ਬਹੁਤ ਸਵਾਦ ਹੈ ਬਾਈ ਦੇ ਹੱਥਾਂ 'ਚ ਜਾਦੂ ਹੈ ਵਾਕਈ ਕੈਂਟ ਦੇ ਪਕੌੜੇ ਹੈ ਨਾ ਕਿਆ ਗੱਲ ਉਹ ਰਹੀ ਨਹੀਂ ਇਹਨਾਂ ਦੇ ਜਿਹੜੇ ਦੰਦਾ ਜੀ ਸੀ ਉਹ ਬਣਾਉਂਦੇ ਸੀ ਬਹੁਤ ਟੇਸਟੀ ਵਧੀਆ ਬਾਬਿਓ ਤੁਸੀਂ ਕਦੇ ਆਏ ਨਾ ਇੱਧਰ ਕੈਂਟ ਵਾਲੀ ਸਾਈਡ ਨਾਮ ਦੱਸ ਕੈਂਟ ਜਵਾਲੀ ਪਕੌੜੇ ਜਵਾਲੀ ਪਕੌੜੇ ਖਾ ਕੇ ਦੇਖਿਓ ਅਤੇ ਉਹ ਹਾਂ ਇਹ ਵੀ ਸਕੂਲ ਹੋਸਪਿਟਲ ਆ ਇਹ ਸਾਡੇ ਸਕੂਲ ਦਾ ਬਿਲਕੁਲ ਬੈਕ ਸਾਈਡ ਆ ਅਤੇ ਇੱਥੇ ਸਾਡੀ ਵੋਕੇਸ਼ਨਲ ਕਲਾਸਿਸ ਹੁੰਦੀਆਂ ਸੀ ਨਾ ਪਲੱਸ ਵਨ ਪਲੱਸ ਟੂ 'ਚ ਸਾਰਿਆਂ ਦੀ ਲੱਗਦੀਆਂ ਹੋਣੀਆਂ ਸ਼ਾਇਦ ਲਾਸਟ ਪੀਰੀਅਡ ਬਾਬਿਓ ਇੱਥੇ ਵੀ ਤਾਲੇ ਤੂਲੇ ਲੱਗੇ ਹੋਏ ਆ ਮਤਲਬ ਕਿ ਆਪਾਂ ਇੱਥੇ ਵੀ ਨਹੀਂ ਜਾ ਸਕਦੇ ਆ ਵੈਸੇ ਦੂਰੋਂ ਦੇਖ ਲਓ ਇੱਥੇ ਚੰਨੇ ਨੇ ਪਲੱਸ ਟੂ ਕੀਤੀ ਹੈ ਮੈਡੀਕਲ ਕੀਤਾ ਮਤਲਬ ਕਿ ਚੰਨੋ ਨੇ ਇੱਥੇ ਮੈਡੀਕਲ ਕੀਤਾ ਹੈ ਨਰਸਿੰਗ ਹਾਂ ਚੰਨੋ ਨੇ ਦੋ ਮੰਥ ਚੰਨੋ ਨੇ ਨਰਸਿੰਗ ਦਾ ਕੋਰਸ ਕੀਤਾ ਹੈ ਆਹ ਪਿੱਛੇ ਸਕੂਲ ਰਿਹਾ ਜਿਹਦੇ ਵਿੱਚ ਚੰਨੋ ਨੇ ਨਰਸਿੰਗ ਕੀਤੀ ਆ ਇੱਥੇ ਬੈਠ ਕੇ ਪੈਟੀਆਂ ਪੂਟੀਆਂ ਖਾਂਦੇ ਰਹੇ ਆ ਚੰਨੋ ਹੁਣੀ ਅੱਛਾ ਛਿੱਤਰ ਵੀ ਪੈ ਜਾਂਦੇ ਆ ਫਿਰ ਬਾਬੇ ਆਪਾਂ ਚੱਲਦੇ ਉਂਬ ਰੱਖਣ ਦੀ ਤਿਆਰੀ ਕਰ ਰਹੇ ਹੁਣ ਹਾਂ ਆਰਮੀ ਏਰੀਆ ਬਾਬੇ ਬਹੁਤ ਸੋਹਣਾ ਏਰੀਆ ਵੈਸੇ ਕੈਂਟ ਦਾ ਨਾ ਸਾਫ ਨਾਲ ਨਾਲ ਬਾਬੇ ਉਹ ਪਕੌੜੇ ਵੀ ਚੱਲ ਰਹੇ ਹੈ ਜਵਾਲੀ ਇੱਥੇ ਬਾਬੇ ਉਹ ਸਮੋਸੇ ਪਕੌੜੇ ਵੀ ਫੇਮਸ ਹੈ ਜਲੰਧਰ 'ਚ ਹੈ ਨਾ ਕੈਂਟ ਆਹ ਸਕੂਲ ਹੈ ਚੰਨੋ ਦਾ ਬਾਈ ਅਮਰ ਜਲੇਬੀ ਹਾਂ ਅਮਰ ਜਲੇਬੀ ਜਿਹੜੇ ਜਲੰਧਰ ਦੇ ਉਹਨਾਂ ਨੂੰ ਪਤਾ ਹੋਊਗਾ ਸਾਡੇ ਵਾਲਿਆਂ ਨੂੰ ਤਾਂ ਪਤਾ ਨਹੀਂ ਹੋਣਾ ਸਤਿ ਸ਼੍ਰੀ ਅਕਾਲ ਕਿਆ ਹਾਲ ਚਾਲ ਹੈ ਬਾਬਿਓ ਹਾਂ ਹਾਂ ਓਕੇ ਰਿਪੋਰਟ ਹੈ ਲਵ ਯੂ ਕੋਈ ਗੱਲ ਨਹੀਂ ਕੋਈ ਨਹੀਂ ਫਿਰ ਆਊਂਗਾ ਫਿਰ ਕਦੇ ਹਾਂ ਫਿਰ ਆਊਂਗਾ ਉਹ ਬੁਲਾ ਰਿਹਾ ਸੀ ਬਾਈ ਕਹਿੰਦਾ ਵੀ ਝਾੜੂ ਬਾਅਦ 'ਚ ਮਾਰੂੰਗਾ ਪਹਿਲਾਂ ਮੇਰੇ ਕੋਲ ਆ ਬਾਕੀ ਆ ਬਾਈ ਚੰਨੋ ਦਾ ਸਕੂਲ ਹੈ ਸਾਰਾ ਠੀਕ ਹੈ ਜੀ ਆਹ ਦੇਖੋ ਉਹ ਵਾਸ਼ਰੂਮ ਹੈ ਆਹ ਵਾਸ਼ਰੂਮ ਹੈ ਜਿੱਥੇ ਕਿਉਂ
तेरे कहने का मतलब कि हाँ असी टपते रहे हैं ना कंधा, हाँ असी कंधा नहीं टपिया, मैडमा नू बाथरूम का बहाना ला के जाते रहे हैं क्लासा तो बहर। आपां ना अज आए सीगे कैंट शॉपिंग करन, ते मैं ना मेरे स्कूल को लंघ रही सी, असली मैं सोचा कि क्यों ना तुहानू मेरे स्कूल के दर्शन करा दिते जाए ना। ए मेरा पिछे सारा स्कूल ही है, बाहर साइकिल स्टैंड है। आपां जलंधर आए सी, फिर कैंट आना सीगा मैं शॉपिंग करन थोड़ी जी, दिवाली दे पकौड़े दी फेमस पकौड़े। ये साड़ा स्कूल टेंट है, इतों मैं स्टडी करी है स्टार्टिंग तो लैके प्लस टू तक। पछाणो है कौन है? शायद अंदर नहीं जानते हैं। चलो शायद अंदर नहीं जानते हैं गे स्कूल दे, बाहर कोई दिख भी नहीं रहा, कोई पीएन वगैरह। बट मैं सीरियसली अंदर जाना चाहनी हूँ, तनु अपनी क्लासेस भी खाना चाहनी सी सारे नु भी अपने, पर कोई अंदर नहीं बन दे रहा इनू। वो कहंदे बीबी हुण तेरा ब्याह हो गया, हुण तू अंदर आके क्या करना, जब पढ़न दी उम्र सी उदों तो तू पढ़ी नहीं। रहण दे कोई फायदा नहीं चन्नो, जदों तेरी पढ़न दी उम्र सी उदों तो तू पढ़ी नहीं। ए स्कूल च पढ़ी है तू? सरकारी है ना? मैं तो दिखा सकती हूँ एक्चुअली ना ये मेरा स्कूल है, वो गेट के अंदर हाथ पा के दिखानी है, वो इधरली साइड साडियां क्लासां होंदियां सी। हां जी बाबे, ये चन्नू दा स्कूल है, ते चन्नू भी वो स्कूल च पढ़ी है, ते देख सकदे जिथे बलाता उतरनी जन्ना उतरनी आ जन्ना। इत्थे दशहरा ग्राउंड च जिहड़ा मेला लगदा हुंदा दशहरे दा, इत्थे उहदे रावण कुंभकर्ण मेघनाथ बनाए जांदे। नहीं बाबे, जदों बंदा वड्डा हो जांदा काम कार च पै जांदा, ते ब्याह हो जांदा बंदे दा, न्याणे हो जांदे बंदे कोल, फिर बंदा सोचदा है स्कूल लाइफ वधिया सी। जदों स्कूल च पढ़दा हुंदा उदों सोचदा हुंदा नहीं यार स्कूल लाइफ वधिया है। ते बाकी बाबे चन्नू नूं अंदर नहीं बण दित्ता, कोई गेट नहीं खोलिया किसी ने, गेट ते ताला नहीं लगा, अंदरों कुंडी लगी है। कोई चक्कर नहीं, इन्नी बेइज्जती रोज होनी चाहिए है तां पता लगता। बाकी बेइज्जती का क्या गल है, मजाक करदा मैं, हुण मजाक भी नहीं करदा। तू दस साइड अप बंटी सरपंच बनी हुई है तू? चल मेरा की कहंदे देवर आ, देवर दा भी असर कुछ कुछ थोड़ा बहुत जाना ही आ। सही गल है बाबे, आप बाहर बह के मुड़ चले स्कूल दे, नहीं तो थानू स्कूल दे विच अंदर बढ़ के दिखाना। स्कूल दे बाहर कोई पीएन भी नहीं दिख रहा ना, नहीं तो फिर अंदर जाना सी। पढ़दी सी किथे, खेलदी सी छोटी, इधरों लैके इधरली सारी क्लासेस च पढ़े हां आपां, 6th तो लैके ए वाला स्कूल प्लस 2 तक है, यूकेजी एलकेजी तो पिछे नु, एलकेजी यूकेजी तो गेट से दा पिछे नु कंधा टप दे। उधर बाथरूम वाली साइड दिखाया था सी पर वो बंद है, लोग बाथरूम वाली साइड होंदी सी बापे। ਸਾਡੇ ਸਕੂਲ ਦੀ ਵੀ ਜਿਹੜੀ ਕੰਧ ਹੁੰਦੀ ਸੀ ਉਹ ਛੋਟੀ ਬਾਥਰੂਮ ਕੋਲ ਹੁੰਦੀ ਸੀ, ਬਾਥਰੂਮ ਕੋਲ ਤੇ ਟੱਪ ਜਾਂਦੇ ਹੁੰਦੇ। ਸਾਡਾ ਇਕੱਲਾ ਕੁੜੀਆਂ ਵਾਲਾ ਸਕੂਲ ਹੈ, ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦੱਸਦਾ, ਸਾਡਾ ਕੁੜੀ ਕੈਂਟ ਬਰਡ ਗਰਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਕੈਂਟ। ਸਾਡਾ ਕੁੜੀਆਂ ਮੁੰਡਾ ਦੋਨਾਂ ਵਾਲਾ ਸਕੂਲ ਸੀ, ਤੇ ਬਾਕੀ ਇੱਧਰ ਕੋਈ ਹੈ ਨਹੀਂ ਪਿੱਛੇ ਦੂਆ ਗੇਟ ਜਿੱਥੇ ਉਹ ਟੱਪ ਕੇ ਅੰਦਰ ਚੱਲ ਸਕੀ। ਉਹ ਪਿਛਲੀ ਸਾਈਡ ਆ ਹਸਪੀਟਲ ਵਾਲੀ ਸਾਈਡ, ਬਟ ਉਧਰੋਂ ਕੰਧ ਹੋ ਗਈ ਆ। ਸਾਡਾ ਕਾਹਨੂੰ ਪਿੱਛੇ ਵਾਲੇ ਗੇਟ ਨੂੰ ਟੱਪਣਾ, ਬਸ ਬਾਬੇ ਉਹ ਤੁਹਾਨੂੰ ਦਿਖਾਤਾ, ਅਸੀਂ ਆਏ ਸੀ ਇੱਧਰ ਨੂੰ, ਮੈਂ ਚਲੋ ਤੁਹਾਨੂੰ ਸਾਰਿਆਂ ਨੂੰ ਦਿਖਾ ਦਈਏ ਚੰਨੋ ਦੀ ਬੈਕ ਮੈਮਰੀ ਵਿੱਚ, ਚੰਨੋ ਦੀ ਛੋਟੇ ਹੁੰਦੇ ਦੀ ਮੈਮਰੀ। ਮੇਰੇ ਬਹੁਤ ਹੀ ਯਾਦਾਂ ਜੁੜੀਆਂ ਹੋਈਆਂ ਸਕੂਲ ਨਾਲ, ਬਹੁਤ ਯਾਦਾਂ ਜੁੜੀਆਂ ਹੋਈਆਂ ਨੇ। ਤੁਸੀਂ ਵੀ ਦੱਸੋ ਕਿਹੜੇ ਕਿਹੜੇ ਸਕੂਲ 'ਚ ਪੜ੍ਹਦੇ ਸੀ ਸਾਰੇ ਜਣੇ? ਆਹ ਜਿਹੜਾ ਬੋਰਡ ਅੰਦਰ ਦਿਖ ਰਿਹਾ ਨਾ, ਬੋਰਡ ਨਾਲ ਖਾਸ ਕਰ ਯਾਦਾਂ ਬਹੁਤ ਜੁੜੀਆਂ। ਇੱਥੇ ਊਟ ਪਟਾਂਗ ਬਥੇਰਾ ਕੁਛ ਲਿਖਿਆ, ਕੁੜੀਆਂ ਨਾਲ ਜਿਹਨਾਂ ਨਾਲ ਲੜਾਈ ਹੋਣੀ ਉਹਨਾਂ ਦੇ ਨਾਂ ਲਿਖ ਲਿਖ ਕੇ ਲਿਖਣਾ, ਫਲਾਨੀ ਇਹ ਪਾਗਲ ਹੈ, ਕਲਾਸ ਵੀ ਪੂਰੀ ਲਿਖਣੀ, ਉਹਦਾ ਰੋਲ ਨੰਬਰ ਵੀ ਲਿਖਣਾ। ਚਲੋ ਬਾਬੇ, ਤੁਸੀਂ ਵੀ ਸਾਰਿਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਣਾ ਕਿਹੜੇ ਸਕੂਲ 'ਚ ਪੜ੍ਹਦੇ ਸੀ, ਆਪਣੇ ਸਕੂਲ ਦਾ ਨਾਮ ਜ਼ਰੂਰ ਦੱਸਣਾ ਕਮੈਂਟਾਂ 'ਚ। ਲਵ ਯੂ, ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ।